ਸੋ ਜੀ ਨੈਕਸਟ ਨੇ ਸਾਡੇ ਨਾਲ ਅਮਨਦੀਪ ਕੌਰ ਜੀ ਵੈਲਕਮ ਅਮਨਦੀਪ ਜੀ ਥੈਂਕ ਯੂ ਤੁਸੀਂ ਆਪਣੇ ਬਾਰੇ ਦੱਸੋ ਆਪਣੀ ਪ੍ਰੋਫਾਈਲ ਬਾਰੇ ਦੱਸੋ ਅਤੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਪਿੰਡ ਲੀਹਾਂ ਤੋਂ ਬਿਲੋਂਗ ਕਰਦੀ ਹਾਂ ਮੈਂ ਲੈਂਡਮਾਰਕ ਇਮੀਗ੍ਰੇਸ਼ਨ 'ਚ ਆਪਣੀ ਫਾਈਲ ਲੈ ਕੇ ਆਈ ਪਹਿਲਾਂ ਮੈਂ ਕਿਤੇ ਹੋਰ ਫਾਈਲ ਲਗਾਈ ਸੀਗੀ ਉੱਥੋਂ ਮੈਨੂੰ ਬਹੁਤ ਜ਼ਿਆਦਾ ਮਤਲਬ ਉਹਨਾਂ ਨੇ ਫਾਈਲ ਲਗਾਈ ਹੋਈ ਨੇ ਇੰਬੈਸੀ ਸਬਮਿਟ ਹੀ ਨਹੀਂ ਕਰਵਾਏਗੀ ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਪਰ ਜਦੋਂ ਮੈਂ ਲੈਂਡਮਾਰਕ ਇਮੀਗ੍ਰੇਸ਼ਨ 'ਚ ਆਈ ਇੱਥੇ ਆ ਕੇ ਮੈਨੂੰ ਹੋਇਆ ਕਿ ਹਾਂ ਮੈਨੂੰ ਮੇਰਾ ਵੀਜ਼ਾ ਲੱਗ ਜਾਊਗਾ ਪਰ ਅੱਜ ਹਾਂ ਲੱਗ ਚੁੱਕਿਆ ਵਾ ਮੈਂ ਇਹਦੇ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਕਿੰਨੀ ਪਰਸੈਂਟੇਜ ਆਈ ਸੀ ਤੁਹਾਡੀ ਪਲੱਸ ਟੂ 'ਚ ਜੀ 65% 65% ਕਿਹੜੀ ਪ੍ਰੋਫਾਈਲ ਲਈ ਜਾ ਰਹੇ ਹੋ ਕਿਹੜੇ ਪ੍ਰੋਗਰਾਮ ਲਈ ਜਾ ਰਹੇ ਹੋ ਤੁਸੀਂ ਬੈਚਲਰ ਆਫ ਸਾਇੰਸ ਬਾਇਓਲੋਜੀ ਬਾਇਓਲੋਜੀ ਅਤੇ ਕਿਹੜੇ ਕਾਲਜ 'ਚ ਐਲਗੋਮਾ ਯੂਨੀਵਰਸਿਟੀ ਓਕੇ ਕਿੰਨਾ ਟਾਈਮ ਹੋ ਗਿਆ ਤੁਹਾਡੇ ਵੀਜ਼ੇ ਆਏ ਨੂੰ ਮੇਰਾ ਵੀਜ਼ਾ ਕੱਲ੍ਹ ਹੀ ਆਇਆ ਕੱਲ੍ਹ ਹੀ ਆਇਆ ਕਿੰਨੇ ਟਾਈਮ 'ਚ ਮਤਲਬ ਕਿ ਕਿੰਨੇ ਟਾਈਮ ਦਾ ਪ੍ਰੋਸੀਜਰ ਰਿਹਾ 25 days ਨਾਈਸ ਮਤਲਬ ਕਿ ਇੰਨੇ ਖੱਜਲ ਹੋਣ ਤੋਂ ਬਾਅਦ ਤੁਹਾਡਾ ਸਿਰਫ 25 days 'ਚ ਵੀਜ਼ਾ ਆ ਗਿਆ ਹੈਪੀਨੈਸ ਤਾਂ ਬਹੁਤ ਹੋ ਗਈ ਹੈ ਨਾ ਕੱਲ੍ਹ ਮੇਰਾ ਬਰਥਡੇ ਵੀ ਸੀ ਅਰੇ ਨਾਈਸ ਬਿਲੇਟਿਡ ਹੈਪੀ ਬਰਥਡੇ ਪਹਿਲਾਂ ਤਾਂ ਤੁਹਾਨੂੰ ਥੈਂਕ ਯੂ ਓਕੇ ਜੀ ਤਾਂ ਮਤਲਬ ਕਿ ਡਬਲ ਖੁਸ਼ੀ ਫਿਰ ਤਾਂ ਹੈ ਨਾ ਬਰਥਡੇ ਦਾ ਸਰਪ੍ਰਾਈਜ਼ ਗਿਫਟ ਮਿਲ ਗਿਆ ਐਗਜੈਕਟਲੀ ਤਾਂ ਤੁਸੀਂ ਦੱਸੋ ਲੈਂਡਮਾਰਕ ਬਾਰੇ ਤੁਹਾਨੂੰ ਕਿਹਨਾਂ ਨੇ ਰੈਫਰੈਂਸ ਦਿੱਤੀ ਮੈਨੂੰ ਮੇਰੇ ਮਾਮੀ ਜੀ ਨੇ ਰੈਫਰ ਉਹਨਾਂ ਨੇ ਵੀ ਅਪਲਾਈ ਕੀਤਾ ਸੀ ਹਾਂਜੀ ਉਹਨਾਂ ਨੇ ਆਪਣੇ ਬੇਟੇ ਦਾ ਓਕੇ ਤਾਂ ਮਤਲਬ ਕਿ ਬਹੁਤ ਵਧੀਆ ਹਾਂਜੀ ਪਹਿਲਾਂ ਤੋਂ ਹੀ ਤੁਹਾਨੂੰ ਪਤਾ ਹੀ ਸਰਵਿਸਿਜ਼ ਬਾਰੇ ਤੁਹਾਡੇ ਮਤਲਬ ਕਿ ਸਰਵਿਸਿਜ਼ ਦਾ ਕਿੱਦਾਂ ਐਕਸਪੀਰੀਅੰਸ ਰਿਹਾ ਬਹੁਤ ਵਧੀਆ ਐਕਸਪੀਰੀਅੰਸ ਓਕੇ ਜੀ ਤਾਂ ਤੁਸੀਂ ਮੈਸੇਜ ਕੀ ਕਨਵੇ ਕਰਨਾ ਚਾਹੋਗੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ 'ਚ ਆਓ ਅਤੇ ਆਪਣਾ ਵੀਜ਼ਾ ਲਗਵਾਓ ਓਕੇ ਜੀ ਤਾਂ ਤੁਹਾਡਾ ਪਾਸਪੋਰਟ ਮੈਨੀ ਕੰਗ੍ਰੈਚੁਲੇਸ਼ਨ ਥੈਂਕ ਯੂ ਓਕੇ ਜੀ